ਤੋ ਕਿ ਬੋਲਾਂਗੇ ਗੱਲ ਕਰਾਂਗੇ ਫੰਡ ਤੇ ਸਿਆਸੀ ਫਸਾਦੀ ਦਰਸਾ ਲਾਮਤ ਵੀ ਪਾਰਟੀ ਚੋਂ ਮੁੱਤਲ ਚੱਲ ਰਿਹਾ ਹੈ ਹਲਕਾ ਖਰੜ ਤੋਂ ਐਮ ਐਲ ਏ ਕਵਰ ਸੰਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਲਿ ਚਿੱਠੀ ਲਿਖੀ ਸੀ ਇਸ ਚਿੱਠੀ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਮੀਟਿੰਗਾਂ ਦਾ ਦੌਰ ਮੁੱਖ ਮੰਤਰੀ ਵੱਲੋਂ ਚਲਾਇਆ ਗਿਆ ਕਾਂਗਰਸ ਐਮ ਐਲ ਏ ਦਾ ਮਾਝਾ ਮਾਲਵਾ ਦੁਆਬਾ ਤਿੰਨੋਂ ਹੀ ਖੇਤਰਾਂ ਦੇ ਐਮ ਐਲ ਏ ਦਾ ਔਰ ਇਹ ਕਿਹਾ ਗਿਆ ਕਿ 5 ਕਰੋੜ ਦਾ ਫੰਡ ਹਰ ਇੱਕ ਐਮ ਐਲ ਏ ਨੂੰ ਜਾਰੀ ਕੀਤਾ ਜਾਏਗਾ ਤਾਂ ਜੋ ਆਪਣੇ ਹਲਕੇ ਚ ਵਿਕਾਸ ਕਾਰਜ ਕਰਾ ਸਕਣ ਸੋ ਕਵਰ ਸੰਧੂ ਨੇ ਚਿੱਠੀ ਲਿਖੀ ਉਹਨੂੰ ਅਟੈਚ ਕੀਤਾ ਸੰਸਦੀ ਕਾਰਜ ਮੰਤਰੀ ਬ੍ਰਹਮਹਿੰਦਰ ਨੂੰ ਵੀ ਕਿ ਕੱਲੇ ਕਾਂਗਰਸੀ ਐਮਐਲਏ ਨੂੰ ਇਹ ਫੰਡ ਕਿਉਂ ਦਿੱਤਾ ਜਾਣਾ ਚਾਹੀਦਾ ਇਹ ਫੰਡ ਬਾਕੀ ਪਾਰਟੀਆਂ ਦੇ ਐਮਐਲਏਜ਼ ਨੂੰ ਵੀ ਦਿੱਤਾ ਜਾਣਾ ਚਾਹੀਦਾ ਹਾਲਾਂਕਿ ਹੁਣ ਕਾਂਗਰਸੀ ਐਮਐਲਏ ਕਹਿ ਰਹੇ ਨੇ ਜਦੋਂ ਇਹ ਚਿੱਠੀ ਲਿਖ ਦਿੱਤੀ ਗਈ ਸਵਾਲ ਖੜੇ ਕਰ ਦਿੱਤੇ ਗਏ ਤੇ ਹੁਣ ਕਾਂਗਰਸੀ ਐਮਐਲਏ ਕਹਿ ਰਹੇ ਨੇ ਜਾਂ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਫੰਡ ਸਾਰਿਆਂ ਨੂੰ ਦਿੱਤਾ ਜਾਏਗਾ ਪਰ ਕੱਲ ਤੱਕ ਇਹ ਇੱਕ ਵੱਡਾ ਸਵਾਲ ਸੀ ਜਿਸ ਨੂੰ ਲੈ ਕੇ ਕਵਰ ਸੰਧੂ ਨੇ ਸਾਫ਼ ਕਿਹਾ ਸੀ ਕੈਸ ਨੂੰ ਹਾਈ ਕੋਰਟ ਦੇ ਵਿੱਚ ਵੀ ਉਹ ਚੁਣੌਤੀ ਦੇਣਗੇ ਜੇਕਰ ਸਰਕਾਰ ਉਹਨਾਂ ਦੀ ਗੱਲ ਨਹੀਂ ਮੰਦੀ ਹਾਲਾਂਕਿ ਅੱਜ ਉਹਨਾਂ ਨਾਲ ਖਾਸ ਗੱਲਬਾਤ ਐਸਐਮਸਲੇ ਤੇ ਕੀਤੀ ਸਾਡੇ ਪੱਤਰਕਾਰ ਸੁਮੇਤ ਜੋਸ਼ੀ ਨੇ